ਬਹੁਤ ਹੀ ਜ਼ਬਰਦਸਤ ਐਕਸੀਡੈਂਟ ਹੋਇਆ ਹੈ। ਦੋ ਐਕਟਿਵਾ ਸਵਾਰਾਂ ਨੂੰ ਧੂ ਕੇ ਲੈ ਗਿਆ ਕਰੇਟਾ ਗੱਡੀ ਚਾਲਕ, ਭੱਜਣ ਲੱਗਾ ਸੀ ਤਾਂ ਦੇਖੋ ਜਿਹੜੀ ਐਕਟਿਵਾ ਹੈ ਟੁੱਟੀ ਹੋਈ ਐਕਟਿਵਾ ਇਸ ਦੀ ਗੱਡੀ ਥੱਲੇ ਫਸ ਜਾਂਦੀ ਹੈ, ਜਿਸ ਕਰਕੇ ਭੱਜਣ ਦੇ ਵਿੱਚ ਇਹ ਨਾਕਾਮਯਾਬ ਰਹਿੰਦਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿੱਡੀ ਜ਼ਬਰਦਸਤ ਟੱਕਰ ਹੋਈ ਹੈ। ਦੋ ਐਕਟਿਵਾ ਸਵਾਰਾਂ ਨੂੰ ਧੂ ਕੇ ਲੈ ਗਿਆ ਇਹ ਕਰੇਟਾ ਗੱਡੀ ਵਾਲਾ, ਕੰਬ ਜਾਵੇਗੀ ਤੁਹਾਡੀ ਰੂਹ। ਤਸਵੀਰਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ। ਤਾਂ ਦੇਖੋ ਤਸਵੀਰਾਂ ਮੋਗਾ ਦੇ ਗਾਂਧੀ ਰੋਡ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਤੇਜ਼ ਰਫ਼ਤਾਰ ਕਰੇਟਾ ਨੇ ਦੋ ਐਕਟਿਵਾ ਨੂੰ ਟੱਕਰ ਮਾਰੀ। ਇਸ ਤੇ ਦੋ ਐਕਟਿਵਾ ਸਵਾਰ ਸੀ, ਦੋਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਕ ਐਕਟਿਵਾ ਦੀ ਜਿਹੜੀ ਐਕਸੀਡੈਂਟ ਦੀ ਵੀਡੀਓ ਹੈ ਉਹ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਦੇਖੋ ਕਿਵੇਂ ਇਹ ਕਰੇਟਾ ਚਾਲਕ ਐਕਟਿਵਾ ਨੂੰ ਧੂ ਕੇ ਲੈ ਜਾਂਦਾ ਹੈ, ਸਿੱਧਾ ਜਾ ਕੇ ਜਿਹੜਾ ਐਕਟਿਵਾ ਚਾਲਕ ਹੈ ਉਹ ਖੰਭੇ ਨਾਲ ਵੱਜਦਾ ਹੈ, ਜਿਸ ਕਰਕੇ ਉਸਦੀਆਂ ਲੱਤਾਂ ਟੁੱਟ ਗਈਆਂ ਨੇ। ਤਾਂ ਵੱਡੀ ਖਬਰ ਹੈ ਮੋਗਾ ਦੇ ਗਾਂਧੀ ਰੋਡ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕਰੇਟਾ ਕਾਰ ਚਾਲਕ ਦਾ ਕਾਰਨਾਮਾ ਦੇਖਣ ਨੂੰ ਮਿਲਿਆ। ਇਸਨੇ ਵੱਲੋਂ ਪਹਿਲਾਂ ਇੱਕ ਨੂੰ ਟੱਕਰ ਮਾਰੀ ਗਈ, ਫਿਰ ਦੂਜੇ ਐਕਟਿਵਾ ਸਵਾਰ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਇਹ ਰੁਕਿਆ ਨਹੀਂ, ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ। ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਜਿਵੇਂ ਹੀ ਆਪਣੀ ਗੱਡੀ ਭਜਾਉਣ ਲੱਗਾ ਸੀ, ਨਾਲ ਦੀ ਨਾਲ ਜਿਹੜੀ ਟੁੱਟੀ ਹੋਈ ਐਕਟਿਵਾ ਇਸ ਦੀ ਗੱਡੀ ਥੱਲੇ ਫਸ ਜਾਂਦੀ ਹੈ, ਜਿਸ ਕਰਕੇ ਇਹ ਭੱਜ ਨਹੀਂ ਸਕਿਆ। ਤਾਂ ਮੋਗਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਵੱਡਾ ਹਾਦਸਾ ਹੋਇਆ। ਇੱਕ ਕਰੇਟਾ ਗੱਡੀ ਵਾਲੇ ਨੇ ਦੋ ਐਕਟਿਵਾ ਸਵਾਰਾਂ ਨੂੰ ਟੱਕਰ ਮਾਰੀ ਹੈ, ਜਿਸ ਕਰਕੇ ਦੋਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਕ ਦੀ ਤਾਂ ਲੱਤ ਟੁੱਟ ਚੁੱਕੀ ਹੈ ਅਤੇ ਦੂਜੇ ਦੀ ਹੋਰ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐਕਟਿਵਾ ਖੰਭੇ ਦੇ ਵਿੱਚ ਜਾ ਕੇ ਵੱਜਦੀ ਹੈ, ਜਿਸ ਤੋਂ ਬਾਅਦ ਐਕਟਿਵਾ ਦੇ ਦੋ ਟੁਕੜੇ ਹੋ ਚੁੱਕੇ ਨੇ। ਦੇਖ ਸਕਦੇ ਹੋ ਤਸਵੀਰਾਂ, ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਿਊਜ਼ 18 ਤੇ, ਜਿੱਥੇ ਦੋ ਐਕਟਿਵਾ ਸਵਾਰਾਂ ਨੂੰ ਧੂ ਕੇ ਲੈ ਗਿਆ ਕਰੇਟਾ ਗੱਡੀ ਵਾਲਾ। ਆਓ ਚਸ਼ਮਦੀਦਾਂ ਦਾ ਇਸ ਉੱਪਰ ਕੀ ਕਹਿਣਾ ਹੈ, ਕਿਸ ਦੀ ਗਲਤੀ ਹੈ, ਕੀ ਕਰੇਟਾ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਕੀ ਉਹ ਕਿਸੇ ਨਸ਼ੇ ਦੇ ਵਿੱਚ ਸੀ, ਜਾਂ ਫਿਰ ਇਹ ਸਾਰਾ ਇੱਕ ਇਤਫਾਕ ਜਾਂ ਗਲਤੀ ਹੋ ਸਕਦੀ ਹੈ, ਆਓ ਜਾਣਦੇ ਹਾਂ। ਤਾਂ ਉਹਨਾਂ ਚਿਰ ਦੇਖੋ ਇਹ ਤਸਵੀਰਾਂ ਜੋ ਮੋਗਾ ਦੇ ਗਾਂਧੀ ਰੋਡ ਤੋਂ ਸਾਹਮਣੇ ਆ ਰਹੀਆਂ ਨੇ। ਅਸੀਂ ਨਾ ਬੈਂਕ ਤੋਂ ਘਰ ਆ ਰਹੇ ਸੀਗੇ, ਅਤੇ ਉਹ ਕੁਦਰਤੀ ਉਹਨੇ ਕਹਿੰਦਾ ਪੈਸੇ ਕਢਾਉਣੇ, ਉਹ ਵਾਪਸ ਸੀ ਇੱਧਰੋਂ, ਅਸੀਂ ਕਿਹਾ ਚਲੋ ਵੀ ਪੈਸੇ ਕਢਾ ਕੇ ਲੈ ਚੱਲੀਏ। ਅੱਗੋਂ ਇੱਕ ਕਰੇਟਾ ਗੱਡੀ ਆਉਂਦੀ ਸੀਗੀ ਬਹੁਤ ਤੇਜ਼, ਰੋਂਗ ਸਾਈਡ, ਅਸੀਂ ਆਪਦੀ ਸਾਈਡ ਸਹੀ ਜਾ ਰਹੇ ਸੀਗੇ, ਅਤੇ ਚਲੋ ਮੈਂ ਨਾਲ ਨਾਲ ਹੀ ਜਾ ਰਿਹਾ ਸੀਗਾ। ਮੈਂ ਥੋੜ੍ਹਾ ਜਿਹਾ ਇੱਧਰ ਨੂੰ ਹੋਇਆ, ਉਹਨੇ ਚੱਕ ਕੇ ਮੇਰੇ ਨਾਲ ਦੇ ਨੂੰ ਕਮਲ ਨੂੰ ਚੱਕ ਕੇ ਸਕੂਟਰ ਨੂੰ ਚੱਕ ਕੇ ਮਾਰਿਆ, ਅਤੇ ਮੌਕੇ 'ਤੇ ਲੱਤ ਤੋੜਤੀ। ਨਾਲ ਹੀ ਅਗਲੇ ਪਾਸੇ ਇੱਕ ਹੋਰ ਐਕਟਿਵਾ ਸੀ, ਬੰਦਾ ਖੜਾ ਸੀਗਾ, ਉਹਦੀਆਂ ਦੋਵੇਂ ਲੱਤਾਂ ਤੋੜਤੀ, ਦੋਵੇਂ ਲੱਤਾਂ ਟੁੱਟ ਗਈਆਂ ਉਹਦੀਆਂ। ਅਤੇ ਪਤਾ ਲੱਗਾ ਕੌਣ ਸੀ ਕਰੇਟਾ ਵਾਲਾ? ਉਹ ਕਹਿ ਰਹੇ ਕੋਈ ਪਵਨ ਆਰਤੀ ਦਾ ਬੇਟਾ ਦੱਸ ਰਹੇ ਆ, ਬਾਕੀ ਗੱਡੀ ਦੀ ਫੋਟੋ ਮੇਰੇ ਕੋਲ ਹੈਗੀ ਆ। ਉਹ ਕਿੰਨਾ ਨੁਕਸਾਨ ਕਿੰਨਾ ਹੋਇਆ? ਨੁਕਸਾਨ ਜੀ, ਸਕੂਟਰੀ ਤਾਂ ਖਤਮ ਹੋ ਗਈ, ਜਿਹੜਾ ਮੇਰੇ ਨਾਲ ਦਾ ਕਮਲ ਸੀ ਉਹਦੀ ਲੱਤ ਟੁੱਟ ਗਈ, ਅਤੇ ਜਿਹੜਾ ਗਾਂਹ ਵਾਲਾ ਬੰਦਾ ਸੀਗਾ ਜਿਹੜਾ ਸਕੂਟਰੀ 'ਤੇ ਖੜਾ ਸੀਗਾ, ਸਿਕਿਉਰਟੀ ਗਾਰਡ ਦੱਸਿਆ ਜਾ ਰਿਹਾ, ਉਹਦੀਆਂ ਦੋਵੇਂ ਲੱਤਾਂ ਹੀ ਤੋੜਤੀ। ਮੈਂ ਜੀ ਨੈਸਲੇ ਕਲੱਬ ਤੋਂ ਸਮਾਨ ਲੈ ਕੇ ਆ ਰਿਹਾ ਸੀ ਗੱਡੀ ਦੇ ਆਉਂਦੀ ਦੇ ਮਗਰ, ਮੂਹਰੇ ਇੱਕ ਕਰੇਟਾ ਗੱਡੀ ਜਾ ਰਹੀ ਸੀ ਮੇਰੇ ਮੂਹਰੇ, ਅਤੇ ਰੋਂਗ ਸਾਈਡ ਸੀ, ਬੰਦੇ ਦੀ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀਗੀ, ਕੋਈ ਆੜਤੀਆ ਪਵਨ ਆੜਤੀਆ ਸ਼ਾਇਦ ਐਵੇਂ ਜੇ ਨਾ ਲੈ ਰਹੇ ਆ, ਰੋਂਗ ਸਾਈਡ ਬਹੁਤ ਗੱਡੀ ਤੇਜ਼ ਜਾ ਰਹੀ ਸੀ, ਉਹਨੇ ਸਕੂਟਰੀ ਵਾਲਿਆਂ ਨੂੰ ਚੱਕ ਕੇ ਪਰਾਂ ਮਾਰਿਆ, ਬੰਦਾ 10 ਫੁੱਟ ਦੀ ਦੂਰੀ 'ਤੇ ਜਾ ਕੇ ਲਿਖਿਆ, ਦੋਵਾਂ ਦੀਆਂ ਲੱਤਾਂ ਟੁੱਟ ਗਈਆਂ ਬੰਦਿਆਂ ਦੀਆਂ। ਕਿੰਨੀਆਂ ਸਕੂਟਰੀਆਂ 'ਚ ਮਾਰੀ ਗੱਡੀ? ਉਹਨਾਂ ਨੇ ਦੋ ਸਕੂਟਰੀਆਂ ਗੱਡੀ ਮਾਰੀ, ਇੱਕ ਖੜੀ ਸਕੂਟਰ ਗੱਡੀ ਦੇ ਵਿੱਚ ਵੀ ਗੱਡੀ ਮਾਰੀ ਬੰਦਿਆਂ ਨੇ। ਅਤੇ ਕਿੰਨੇ ਜਣੇ ਜ਼ਖਮੀ ਹੋਏ? ਇਹਦੇ ਵਿੱਚ ਜੀ 2 ਜਣੇ ਜ਼ਖਮੀ ਹੋ ਗਏ। ਅਤੇ ਡਰਾਈਵਰ ਕਿੱਥੇ, ਜਿਹੜਾ ਗੱਡੀ ਵਾਲਾ ਫੜ ਲਿਆ? ਗੱਡੀ ਵਾਲਾ ਡਰਾਈਵਰ ਹਾਂਜੀ ਫੜ ਲਿਆ।